ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਜੈਲਦਾਰ ਤੇ ਤੁਸੀਂ ਦੇਖ ਰਹੇ ਹੋ ਆਪਣਾ ਇਹ ਚੈਨਲ ਟੌਪ ਪੰਜਾਬ ਟੀਵੀ। ਯਾਰ, ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਸੋ ਇਹਨਾਂ ਵੀਡੀਓ ਵਿੱਚ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਨੇ ਜੋ ਹਸਾ ਕੇ ਰੱਖ ਦਿੰਦੀਆਂ ਨੇ। ਸੋ ਹਾਲ ਹੀ ਵਿੱਚ ਇੱਕ ਅਜਿਹੇ ਹੀ ਮੁੰਡੇ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜੋ ਵੀਡੀਓ ਤਾਂ ਕਰੋਨਾ ਟਾਈਮ ਦੀ ਹੈ ਪਰ ਹੁਣ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਇਸ ਵੀਡੀਓ ਨੂੰ ਪਿਆਰ ਮਿਲਦਾ ਪਿਆ ਹੈ। ਇਹ ਵੀਰ 150 ਰੁਪਏ ਦੇ ਦੋ ਪਜਾਮੇ ਵੇਚਦਾ ਪਿਆ ਹੈ ਤੇ ਕਿਸ ਸਟਾਈਲ ਨਾਲ ਵੇਚਦਾ ਪਿਆ ਹੈ ਤੁਹਾਨੂੰ ਵੀਡੀਓ ਦੇਖ ਕੇ ਹਾਸਾ ਜ਼ਰੂਰ ਆ ਜਾਵੇਗਾ। ਸੋ ਆਓ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਵੱਧਦੇ ਹਾਂ ਇਸ ਵੀਡੀਓ ਵੱਲ। ਇਸ ਮਹਾਮਾਰੀ ਸਭ ਨੇ ਫਾਇਦਾ ਚੱਕਿਆ, ਮਹਿੰਗਾ ਹੋਇਆ ਪੈਟਰੋਲ, ਡੀਜ਼ਲ, ਗੈਸ, ਸਰੋਂ ਦਾ ਤੇਲ, ਰਿਫਾਇੰਡ, ਦਵਾਈਆਂ, ਐਂਬੂਲੈਂਸ ਵਾਲਿਆਂ ਨੇ ਨਹੀਂ ਬਖਸ਼ਿਆ। ਸਾਡਾ ਪਜਾਮਾ 150 ਦਾ ਸੀ, 150 ਦਾ ਹੀ ਰੱਖਿਆ, 300 ਦੇ ਦੋ, ਇੱਕ ਪਾ ਦੇ ਇੱਕ ਧੋ। ਧਿਆਨ ਕਿੱਧਰ ਹੈ ਸੇਲ? ਇੱਧਰ ਆਜੋ ਆਜੋ, ਮਹਿੰਗਾ ਲੱਗ ਰਹੀ ਯਾਰ। ਉਹ ਮੌਕਾ ਨਾ ਜਾਣ ਦੋ, 300 ਦੇ ਦੋ, ਇੱਕ ਪਾ ਦੇ ਇੱਕ ਧੋ। ਇਸ ਮਹਾਮਾਰੀ ਸਭ ਨੇ ਫਾਇਦਾ ਚੱਕਿਆ, ਮਹਿੰਗਾ ਹੋਇਆ ਪੈਟਰੋਲ, ਡੀਜ਼ਲ, ਗੈਸ, ਸਰੋਂ ਦਾ ਤੇਲ, ਰਿਫਾਇੰਡ, ਦਵਾਈਆਂ, ਐਂਬੂਲੈਂਸ ਵਾਲਿਆਂ ਨੇ ਨਹੀਂ ਬਖਸ਼ਿਆ। ਸਾਡਾ ਪਜਾਮਾ 150 ਦਾ ਸੀ, 150 ਦਾ ਹੀ ਰੱਖਿਆ, 300 ਦੇ ਦੋ, ਇੱਕ ਪਾ ਦੇ ਇੱਕ ਧੋ। ਧਿਆਨ ਕਿੱਧਰ ਹੈ ਸੇਲ? ਇੱਧਰ ਆਜੋ ਆਜੋ, ਮਹਿੰਗਾ ਲੱਗ ਰਹੀ ਯਾਰ। ਉਹ ਮੌਕਾ ਨਾ ਜਾਣ ਦੋ, 300 ਦੇ ਦੋ, ਇੱਕ ਪਾ ਦੇ ਇੱਕ ਧੋ। ਹਾਂਜੀ ਮਿੱਤਰੋ, ਕਮੈਂਟਾਂ 'ਚ ਵਿਚਾਰ ਜ਼ਰੂਰ ਦਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਸੋ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਨਾਲ। ਹੁਣ ਸਾਨੂੰ ਦਿਓ ਇਜਾਜ਼ਤ ਅਤੇ ਤੁਸੀਂ ਦੇਖਦੇ ਰਹੋ ਆਪਣਾ ਹੀ ਚੈਨਲ ਟੌਪ ਪੰਜਾਬ ਟੀਵੀ।